इस केस ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਨੇ ਜੀ, ਜਿਨ੍ਹਾਂ ਦਾ ਨਾਮ ਹੈਗਾ ਵਿੱਕੀ ਚੌਹਾਨ ਤੇ ਸਵਰਨ ਸਿੰਘ। ਇਹ ਬੇਸਿਕਲੀ ਦੋਨੋਂ ਜੈਤੋ ਦੇ ਰਹਿਣ ਵਾਲੇ ਨੇ। ਇਹਨਾਂ ਦਾ ਇਸ ਦੇ ਵਿੱਚ ਮੇਨ ਰੋਲ ਰਿਹਾ। ਇੱਕ ਤਾਂ ਲੌਜਿਸਟਿਕ, ਸਾਰੇ ਵੈਪਨ ਵਗੈਰਾ ਇਹਨਾਂ ਨੇ ਪ੍ਰੋਵਾਈਡ ਕੀਤੇ, ਠਹਿਰ ਇਹਨਾਂ ਨੇ ਪ੍ਰੋਵਾਈਡ ਕੀਤੀ, ਉੱਥੇ ਖਾਣਾ ਪੀਣਾ ਸਾਰਾ ਇਹਨਾਂ ਨੇ ਪ੍ਰੋਵਾਈਡ ਕੀਤਾ। ਉਸ ਤੋਂ ਬਾਅਦ ਜਦੋਂ ਵਾਰਦਾਤ ਹੋ ਜਾਂਦੀ ਹੈ, ਵਾਰਦਾਤ ਤੋਂ ਬਾਅਦ ਇਹ ਉਹਨਾਂ ਨੂੰ ਇੱਥੋਂ ਮੂਵ ਕਰਨ 'ਚ ਵੀ ਹੈਲਪ ਕਰਦੇ। ਹਾਂਜੀ, ਇੱਕ ਇਸ ਇੰਸੀਡੈਂਟ ਤੋਂ ਬਾਅਦ ਜਿਵੇਂ ਵਾਰਦਾਤ ਹੁੰਦੀ ਹੈ, ਤਾਂ ਉਸ ਤੋਂ ਬਾਅਦ ਜਿਹੜਾ ਸਵਰਨ ਸਿੰਘ ਹੈਗਾ ਬੰਦਾ ਗ੍ਰਿਫਤਾਰ ਕੀਤਾ, ਉਸ ਦੀ ਰਿਟਸ ਗੱਡੀ ਹੁੰਦੀ ਹੈ, ਉਸ ਦੀ ਗੱਡੀ ਤੇ ਸਵਰਨ ਸਿੰਘ ਤੇ ਵਿੱਕੀ ਇਹ ਸ਼ੂਟਰਸ ਨੂੰ ਲੈ ਕੇ ਉੱਥੋਂ ਚੰਡੀਗੜ੍ਹ ਨੂੰ ਮੂਵ ਕਰ ਜਾਂਦੇ। ਉੱਥੋਂ ਬਾਅਦ ਫਿਰ ਉਹਨਾਂ ਨੂੰ ਕਿਸੇ ਜਗ੍ਹਾ ਛੱਡ ਦਿੰਦੇ ਹੋ, ਗੱਡੀ ਵੀ ਆਪਾਂ ਰਿਕਵਰ ਕਰ ਲਈ। ਨਹੀਂ, ਵਿੱਕੀ ਤੇ ਸਵਰਨ ਕੋਲੋਂ ਤਾਂ ਨਹੀਂ ਹਜੇ ਕੋਈ ਵੈਪਨ ਦੀ ਰਿਕਵਰੀ ਹੋਈਗੀ, ਬਟ ਇਹਨਾਂ ਤੋਂ ਇੱਕ ਗੱਡੀ ਜ਼ਰੂਰ ਰਿਕਵਰ ਹੋ ਗਈ ਹੈ ਜਿਸ ਤੇ ਇਹਨਾਂ ਨੇ ਅੱਗੇ ਟ੍ਰਾਂਸਫਰ ਕੀਤੀ। ਇਹ ਸਾਰੀ ਪੁੱਛਗਿੱਛ ਦੇ ਵਿੱਚ ਜਿੰਨੇ ਵੀ ਆਪਾਂ ਕੁਝ ਦੋਸ਼ੀ ਫੜੇ ਨੇ ਜਾਂ ਅਦਰਵਾਈਜ਼ ਵੀ ਆਪਾਂ ਆਪਣੇ ਸੋਰਸਿਸ ਤੋਂ ਵੀ ਇਨਫੋਰਮੇਸ਼ਨ ਜਿੰਨੀ ਵੀ ਗੈਦਰ ਕੀਤੀ ਹੈ, ਉਹਦੇ ਵਿੱਚ ਭੋਲਾ ਸਿੰਘ ਹੈ ਜਿਹਦਾ ਮੇਨ ਰੋਲ ਸਾਹਮਣੇ ਆਇਆ, ਬੇਸਿਕਲੀ ਮੇਨ ਕਨਸਪੀਰੇਟਰ ਜਿਹਨੇ ਗੋਲਡੀ ਬਰਾੜ ਨਾਲ ਰਲ ਕੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ। ਭੋਲਾ ਸਿੰਘ ਬੇਸਿਕਲੀ, ਸ਼ਾਇਦ ਤੁਹਾਡੇ ਧਿਆਨ 'ਚ ਵੀ ਹੋਵੇ, ਇਸ ਤੋਂ ਪਹਿਲਾਂ ਵੀ ਇੱਕ ਵਾਰ ਇੰਸੀਡੈਂਟ ਹੋਇਆ ਸੀ ਇੱਥੇ। ਉਦੋਂ ਵੀ ਭੋਲੇ ਤੇ ਪਰਚਾ ਹੋਇਆ ਸੀਗਾ, ਉਦੋਂ ਵੀ ਇਹਨੇ ਇੱਕ ਅਟੈਂਪਟ ਕੀਤਾ ਸੀਗਾ, ਬਟ ਉਦੋਂ ਇਹ ਕਾਮਯਾਬ ਨਹੀਂ ਹੋਇਆ ਸੀਗਾ। ਤਾਂ ਭੋਲਾ ਬੇਸਿਕਲੀ ਇਸ ਪਲੈਨਿੰਗ ਸਾਰੀ ਜੋ ਮਾਸਟਰਮਾਈਂਡ ਹੈ ਇਸ ਪਲੈਨਿੰਗ ਦਾ ਗੋਲਡੀ ਬਰਾੜ ਦੇ ਨਾਲ ਰਲ ਕੇ, ਤੇ ਭੋਲੇ ਜਿਹੜਾ ਭੋਲਾ ਹੈਗਾ ਉਹ ਜਿਹੜਾ ਮਨੀ ਚਹਿਲ ਹੈਗਾ ਉਹਦਾ ਜੀਜਾ ਹੈਗਾ ਰਿਸ਼ਤੇਦਾਰੀ ਦੇ ਵਿੱਚ। ਦੇਖੋ, ਜੋ ਰਾਜੂ ਸੀਗਾ, ਬੇਸਿਕਲੀ ਜੋ ਸਾਰਾ ਸਾਹਮਣੇ ਆਇਆ ਹੈਗਾ, ਉਹ ਤੋਂ ਰਾਜੂ ਕੋਲ ਇੱਕ ਫੋਨ ਵੀ ਬਰਾਮਦ ਹੋਇਆ, ਜਿਸ ਫੋਨ ਦੇ ਜ਼ਰੀਏ ਅੱਗੇ ਗੋਲਡੀ ਨਾਲ ਗੱਲਬਾਤ ਕਰਕੇ ਇਹਨਾਂ ਨੇ ਸਾਰਾ ਪਲੈਨਿੰਗ ਕੀਤੀ ਹੈ। ਭੋਲਾ ਤੇ ਗੋਲਡੀ ਮੇਨ ਹੋ ਗਏ ਤੇ ਨਾਲ ਰਾਜੂ ਨੂੰ ਵੀ ਇਹ ਸਾਰੀ ਪਲੈਨਿੰਗ ਦੇ ਬਾਰੇ ਪਤਾ ਸੀਗਾ, ਤਾਂ ਉਹ ਵੀ ਇੱਕ ਹਿੱਸੇਦਾਰ ਸੀ। ਨਹੀਂ, ਇੱਥੋਂ ਕੀ ਹੋਇਆ ਸੀਗਾ, ਜਦੋਂ ਇੱਥੋਂ ਦੋ ਡਿਫਰੈਂਟ ਡਿਫਰੈਂਟ ਗੱਡੀਆਂ ਹੋ ਜਾਂਦੀਆਂ ਹੈਗੀਆਂ, ਰਿਟਸ ਦੇ ਵਿੱਚ 10 ਸ਼ੂਟਰ ਗਏ ਸੀਗੇ ਵਿੱਕੀ ਦੇ, ਜੋ ਜਿਹੜੇ ਜਿਸ ਮੁੰਡੇ ਦੀ ਰਿਟਸ ਆਪਾਂ ਉਹਨੂੰ ਫੜ ਲਿਆ ਹੈਗਾ, ਉਹ ਪਲੱਸ 10 ਸ਼ੂਟਰ ਨੂੰ ਇੱਥੋਂ ਇਹਨਾਂ ਨੇ ਚੰਡੀਗੜ੍ਹ ਟ੍ਰਾਂਸਪੋਰਟ। ਇਸ ਕੇਸ ਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਨੇ ਜੀ, ਜਿਨ੍ਹਾਂ ਦਾ ਨਾਮ ਹੈਗਾ ਵਿੱਕੀ ਚੌਹਾਨ ਤੇ ਸਵਰਨ ਸਿੰਘ। ਇਹ ਬੇਸਿਕਲੀ ਦੋਨੋਂ ਜੈਤੋ ਦੇ ਰਹਿਣ ਵਾਲੇ ਨੇ। ਇਹਨਾਂ ਦਾ ਇਸ ਦੇ ਵਿੱਚ ਮੇਨ ਰੋਲ ਰਿਹਾ। ਇੱਕ ਤਾਂ ਲੌਜਿਸਟਿਕ, ਸਾਰੇ ਵੈਪਨ ਵਗੈਰਾ ਇਹਨਾਂ ਨੇ ਪ੍ਰੋਵਾਈਡ ਕੀਤੇ, ਠਹਿਰ ਇਹਨਾਂ ਨੇ ਪ੍ਰੋਵਾਈਡ ਕੀਤੀ, ਉੱਥੇ ਖਾਣਾ ਪੀਣਾ ਸਾਰਾ ਇਹਨਾਂ ਨੇ ਪ੍ਰੋਵਾਈਡ ਕੀਤਾ। ਉਸ ਤੋਂ ਬਾਅਦ ਚੋਂ ਜਦੋਂ ਵਾਰਦਾਤ ਹੋ ਜਾਂਦੀ ਹੈ, ਵਾਰਦਾਤ ਤੋਂ ਬਾਅਦ ਇਹ ਉਹਨਾਂ ਨੂੰ ਇੱਥੋਂ ਮੂਵ ਕਰਨ 'ਚ ਵੀ ਹੈਲਪ ਕਰਦੇ। ਹਾਂਜੀ, ਇੱਕ ਇਸ ਇੰਸੀਡੈਂਟ ਤੋਂ ਬਾਅਦ ਜਿਵੇਂ ਵਾਰਦਾਤ ਹੁੰਦੀ ਹੈ, ਤਾਂ ਉਸ ਤੋਂ ਬਾਅਦ ਜਿਹੜਾ ਸਵਰਨ ਸਿੰਘ ਹੈਗਾ ਬੰਦਾ ਗ੍ਰਿਫਤਾਰ ਕੀਤਾ, ਉਸ ਦੀ ਰਿਟਸ ਗੱਡੀ ਹੁੰਦੀ ਹੈ, ਉਸ ਦੀ ਗੱਡੀ ਤੇ ਸਵਰਨ ਸਿੰਘ ਤੇ ਵਿੱਕੀ ਇਹ ਸ਼ੂਟਰਸ ਨੂੰ ਲੈ ਕੇ ਉੱਥੋਂ ਚੰਡੀਗੜ੍ਹ ਨੂੰ ਮੂਵ ਕਰ ਜਾਂਦੇ। ਉੱਥੋਂ ਬਾਅਦ ਫਿਰ ਉਹਨਾਂ ਨੂੰ ਕਿਸੇ ਜਗ੍ਹਾ ਛੱਡ ਦਿੰਦੇ ਹੋ, ਗੱਡੀ ਵੀ ਆਪਾਂ ਰਿਕਵਰ ਕਰ ਲਈ। ਨਹੀਂ, ਵਿੱਕੀ ਤੇ ਸਵਰਨ ਕੋਲੋਂ ਤਾਂ ਨਹੀਂ ਹਜੇ ਕੋਈ ਵੈਪਨ ਦੀ ਰਿਕਵਰੀ ਹੋਈਗੀ, ਬਟ ਇਹਨਾਂ ਤੋਂ ਇੱਕ ਗੱਡੀ ਜ਼ਰੂਰ ਰਿਕਵਰ ਹੋ ਗਈ ਹੈ ਜਿਸ ਤੇ ਇਹਨਾਂ ਨੇ ਅੱਗੇ ਟ੍ਰਾਂਸਫਰ ਕੀਤੀ। ਇਹ ਸਾਰੀ ਪੁੱਛਗਿੱਛ ਦੇ ਵਿੱਚ ਜਿੰਨੇ ਵੀ ਆਪਾਂ ਕੁਝ ਦੋਸ਼ੀ ਫੜੇ ਨੇ ਜਾਂ ਅਦਰਵਾਈਜ਼ ਵੀ ਆਪਾਂ ਆਪਣੇ ਸੋਰਸਿਸ ਤੋਂ ਵੀ ਇਨਫੋਰਮੇਸ਼ਨ ਜਿੰਨੀ ਵੀ ਗੈਦਰ ਕੀਤੀ ਹੈ, ਉਹਦੇ ਵਿੱਚ ਭੋਲਾ ਸਿੰਘ ਹੈ ਜਿਹਦਾ ਮੇਨ ਰੋਲ ਸਾਹਮਣੇ ਆਇਆ, ਬੇਸਿਕਲੀ ਇੱਕ ਮੇਨ ਕਨਸਪੀਰੇਟਰ ਜਿਹਨੇ ਗੋਲਡੀ ਬਰਾੜ ਨਾਲ ਰਲ ਕੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ। ਭੋਲਾ ਸਿੰਘ ਬੇਸਿਕਲੀ, ਸ਼ਾਇਦ ਤੁਹਾਡੇ ਧਿਆਨ 'ਚ ਵੀ ਹੋਵੇ, ਇਸ ਤੋਂ ਪਹਿਲਾਂ ਵੀ ਇੱਕ ਵਾਰ ਇੰਸੀਡੈਂਟ ਹੋਇਆ ਸੀ ਇੱਥੇ। ਉਦੋਂ ਵੀ ਭੋਲੇ ਤੇ ਪਰਚਾ ਹੋਇਆ ਸੀਗਾ, ਉਦੋਂ ਵੀ ਇਹਨੇ ਇੱਕ ਅਟੈਂਪਟ ਕੀਤਾ ਸੀਗਾ, ਬਟ ਉਦੋਂ ਇਹ ਕਾਮਯਾਬ ਨਹੀਂ ਹੋਇਆ ਸੀਗਾ। ਤਾਂ ਭੋਲਾ ਬੇਸਿਕਲੀ ਇਸ ਪਲੈਨਿੰਗ ਸਾਰੀ ਜੋ ਮਾਸਟਰਮਾਈਂਡ ਹੈ ਇਸ ਪਲੈਨਿੰਗ ਦਾ ਗੋਲਡੀ ਬਰਾੜ ਦੇ ਨਾਲ ਰਲ ਕੇ, ਤੇ ਭੋਲੇ ਜਿਹੜਾ ਭੋਲਾ ਹੈਗਾ ਉਹ ਜਿਹੜਾ ਮਨੀ ਚਹਿਲ ਹੈਗਾ ਉਹਦਾ ਜੀਜਾ ਹੈਗਾ ਰਿਸ਼ਤੇਦਾਰੀ ਦੇ ਵਿੱਚ। ਦੇਖੋ, ਜੋ ਰਾਜੂ ਸੀਗਾ, ਬੇਸਿਕਲੀ ਜੋ ਸਾਰਾ ਸਾਹਮਣੇ ਆਇਆ ਹੈਗਾ, ਉਹ ਤੋਂ ਰਾਜੂ ਕੋਲ ਇੱਕ ਫੋਨ ਵੀ ਬਰਾਮਦ ਹੋਇਆ, ਜਿਸ ਫੋਨ ਦੇ ਜ਼ਰੀਏ ਅੱਗੇ ਗੋਲਡੀ ਨਾਲ ਗੱਲਬਾਤ ਕਰਕੇ ਇਹਨਾਂ ਨੇ ਸਾਰਾ ਪਲੈਨਿੰਗ ਕੀਤੀ ਹੈ। ਭੋਲਾ ਤੇ ਗੋਲਡੀ ਮੇਨ ਹੋ ਗਏ ਤੇ ਨਾਲ ਰਾਜੂ ਨੂੰ ਵੀ ਇਹ ਸਾਰੀ ਪਲੈਨਿੰਗ ਦੇ ਬਾਰੇ ਪਤਾ ਸੀਗਾ, ਤਾਂ ਉਹ ਵੀ ਇੱਕ ਹਿੱਸੇਦਾਰ ਸੀ। ਨਹੀਂ, ਇੱਥੋਂ ਕੀ ਹੋਇਆ ਸੀਗਾ, ਜਦੋਂ ਇੱਥੋਂ ਦੋ ਡਿਫਰੈਂਟ ਡਿਫਰੈਂਟ ਗੱਡੀਆਂ ਹੋ ਜਾਂਦੀਆਂ ਹੈਗੀਆਂ, ਰਿਟਸ ਦੇ ਵਿੱਚ 10 ਸ਼ੂਟਰ ਗਏ ਸੀਗੇ ਵਿੱਕੀ ਦੇ, ਜੋ ਜਿਹੜੇ ਜਿਸ ਮੁੰਡੇ ਦੀ ਰਿਟਸ ਆਪਾਂ ਉਹਨੂੰ ਫੜ ਲਿਆ ਹੈਗਾ, ਉਹ ਪਲੱਸ 10 ਸ਼ੂਟਰ ਨੂੰ ਇੱਥੋਂ ਇਹਨਾਂ ਨੇ ਚੰਡੀਗੜ੍ਹ ਟ੍ਰਾਂਸਪੋਰਟ